ਨਾਮ ਤੇ ਜਾਂ ਸਨੈਪਚੈਟ ਤੇ ਅਸੀਂ ਉਹ ਸਾਰਾ ਕੁਝ ਡਿਲੀਟ ਕਰਾਉਣਾ ਠੀਕ ਹੈ ਜੇ ਉਹਨੇ ਸਿਰ ਤੇ ਪੱਗ ਰੱਖਣੀ ਹੈ ਤੇ ਜੇ ਨਹੀਂ ਰੱਖਣੀ ਸਾਡੇ ਲੋਕ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲੇ ਤੇ ਸਾਰਿਆਂ ਦੇ ਸੱਦ ਕੇ ਵਿੱਚ ਸਾਡੇ ਨਾਲ ਗੱਲ ਕਰ ਲਏ ਵੀ ਮੈਂ ਭਾਈ ਗੰਦ ਪਾਉਣਾ ਤੇ ਅਸੀਂ ਕਵਾਂਗੇ ਭਾਈ ਫਿਰ ਪੱਗ ਸਾਡੀ ਮੋੜ ਦੇ ਇਹੋ ਹੀ ਆ ਵੀ ਜਿਹੜਾ ਉਹ ਕਹਿੰਦਾ ਵੀ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦਾ ਮੇਰੀਆਂ ਵੀਡੀਓ ਜੇ ਪਤਾ ਨਹੀਂ ਕਿੰਨੀਆਂ ਕੁ ਵਾਇਰਲ ਹੋਣੀਆਂ ਅਸੀਂ ਉਹ ਡਿਲੀਟ ਕਰਾਉਣੀਆਂ ਜਿਹੜੀਆਂ ਪ੍ਰਧਾਨ ਜੀ ਜਿੰਦਾ ਸਾਹਿਬ ਜੀ ਜਿਹੜੀਆਂ ਅਜੇ ਪਈਆਂ ਵਾ ਜਿੰਨਾ ਬਾਬਤ ਉਹ ਕਹਿ ਰਿਹਾ ਵੀ ਮੈਨੂੰ ਪਤਾ ਹੀ ਨਹੀਂ ਵੀ ਕਿੰਨੀਆਂ ਕੁ ਵਾਇਰਲ ਹੋਣੀਆਂ ਤੇ ਜੇ ਉਹ ਵਾਇਰਲ ਹੋਣਗੀਆਂ ਤੇ ਇੱਕ ਇੱਕ ਉਂਗਲ ਵੀ ਨਾਲ ਹੀ ਵਾਇਰਲ ਹੁੰਦੀ ਜਾਣੀ ਹੈ ਹੁਣ ਤੁਸੀਂ ਦੁਕਾਨ ਤੇ ਕਿਹਦੇ ਨਹੀਂ ਮੈਂ ਮੇਰੇ ਨਾਲ ਫੋਨ ਤੇ ਉਹਦੀ ਗੱਲ ਨਹੀਂ ਹੋਈ ਨਾ ਉਹਦਾ ਨੰਬਰ ਹੀ ਮੇਰੇ ਕੋ ਆਇਆ ਮੈਂ ਸਵੇਰ ਦੀ ਤਕਰੀਬਨ 8:30 ਵਜੇ ਦੀ ਇੱਕ ਵੀਡੀਓ ਜਾਰੀ ਕੀਤੀ ਸੀ ਬਾਅਦ ਵਿੱਚ ਜਿੰਦਾ ਸਾਹਿਬ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਜਲੰਧਰ ਆ ਰਿਹਾ ਮੈਨੂੰ ਤਾਂ ਐਡਰੈਸ ਦਿਓ ਮੈਨੂੰ ਨਹੀਂ ਪਤਾ ਮੈਂ ਉਹਦੇ ਤੇ ਇਹ ਬੋਲਿਆ ਵੀਡੀਓ ਅਜੇ ਵੀ ਪਈ ਉੱਤੇ ਸਟਾਈ ਵੇਖੋ ਵਾਰ ਵਾਰ ਆਪਾਂ ਇੱਕੋ ਸਵਾਲ ਦਾ ਜਵਾਬ ਦਿੰਦੇ ਚੰਗੇ ਨਹੀਂ ਲੱਗਦੇ ਸਾਡਾ ਮਕਸਦ ਆ ਵੀ ਜਿਹੜਾ ਆਈਡੀਆਂ ਤੇ ਉਹਨਾਂ ਨੇ ਗੰਦ ਪਾਇਆ ਜਾਂ ਯੂਟਿਊਬ ਤੇ ਜਾਂ ਇੰਸਟਾਗ੍ਰਾਮ ਤੇ ਜਾਂ ਸਨੈਪਚੈਟ ਤੇ ਅਸੀਂ ਉਹ ਸਾਰਾ ਕੁਝ ਡਿਲੀਟ ਕਰਾਉਣਾ ਠੀਕ ਹੈ ਜੇ ਉਹਨੇ ਸਿਰ ਤੇ ਪੱਗ ਰੱਖਣੀ ਆ ਤੇ ਜੇ ਨਹੀਂ ਰੱਖਣੀ ਸਾਡੇ ਲੋਕ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲੇ ਤੇ ਸਾਰਿਆਂ ਦੇ ਸੱਦ ਕੇ ਵਿੱਚ ਸਾਡੇ ਨਾਲ ਗੱਲ ਕਰ ਲਏ ਵੀ ਮੈਂ ਭਾਈ ਗੰਦ ਪਾਉਣਾ ਤੇ ਅਸੀਂ ਕਵਾਂਗੇ ਭਾਈ ਫਿਰ ਪੱਗ ਸਾਡੀ ਮੋੜ ਦੇ ਸਾਡੇ ਨਾਲ ਨੰਗਾ ਹੋ ਕੇ ਨੱਚ ਸਾਨੂੰ ਕੋਈ ਮਤਲਬ ਨਹੀਂ ਤੇਰੇ ਨਾਲ ਠੀਕ ਹੈ ਪਰ ਜੇ ਸਿਰ ਤੇ ਪੱਗ ਰੱਖ ਕੇ ਗੰਦ ਪਾਇਆ ਅਸੀਂ ਥਾਣੇ 'ਚ ਖਲੋ ਕੇ ਗੱਲ ਕਹਿ ਰਹੇ ਹਾਂ ਅਸੀਂ ਅੰਦਰੋਂ ਧੂ ਲੈਣਾ ਕਿੰਨੇ ਦੇ ਲਿਖੂਗਾ ਭਾਵੇਂ ਸਾਡੇ ਤੇ ਪਰਚਾ ਹੋਵੇ ਜੇਲ੍ਹ ਜਾਣਾ ਪਵੇ ਬਥੇਰੇ ਜਾਣੇ ਅਸੀਂ ਇੱਕ ਜਣਾ ਚੱਲ ਜਾਵਾਂਗੇ ਜੇਲ੍ਹ 'ਚ ਕੋਈ ਫਰਕ ਨਹੀਂ ਪੈਣਾ ਪਰ ਅਸੀਂ ਅੰਦਰੋਂ ਕੱਢ ਲੈਣਾ ਜੇ ਫਿਰ ਭਾਵੇਂ ਕੁੜੀਆਂ ਚੀਕਣ ਤੇ ਭਾਵੇਂ ਚੀਕਣ ਬੰਦੇ ਠੀਕ ਆ ਅਸੀਂ ਵਾਰ ਵਾਰ ਇੱਕੋ ਗੱਲ ਨਹੀਂ ਕਰਦੇ ਸਾਨੂੰ ਚੰਗਾ ਨਹੀਂ ਲੱਗਦਾ ਐਸ ਐਚ ਓ ਸਾਹਿਬ ਨੇ ਇਸ ਗੱਲ ਦਾ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਸਾਨੂੰ 3 ਦਿਨ ਦਿਓ ਅਸੀਂ 3 ਦਿਨਾਂ ਦੇ ਵਿੱਚ ਕਾਰਵਾਈ ਵੀ ਕਰਾਂਗੇ ਤੇ ਉਹਨੂੰ ਸੱਦਾਂਗੇ ਵੀ ਤੇ ਪ੍ਰਸ਼ਾਸਨ ਨੂੰ ਇੱਥੇ ਭਾ ਕੇ ਵਿੱਚ ਮੀਟਿੰਗ ਕਰਾਈ ਜਾਊਗੀ ਤੁਹਾਡੀ ਤੁਸੀਂ ਕੀ ਚਾਹੁੰਦੇ ਆ ਅਗਲੇ ਦੀ ਗੱਲ ਸੁਣਾਂਗੇ ਦੇਖੋ ਜੇ 3 ਦਿਨਾਂ 'ਚ ਪੁਲਿਸ ਇਸ ਤੇ ਕਾਰਵਾਈ ਕਰਦੀ ਵੈਸੇ ਤੇ ਕਰੂਗੀ ਜੇ ਤੱਕ ਮੈਨੂੰ ਲੱਗਦਾ ਨਾ ਕਰੂਗੀ ਤੇ ਅਸੀਂ ਕਿਹੜਾ ਮਰ ਗਏ ਆ ਫੇਰ ਆ ਜਾਵਾਂਗੇ ਖਾਲਸਾ ਤੇ ਪ੍ਰਗਟ ਹੁੰਦਾ ਅੱਜ ਆਉਣ ਦਾ ਕੀ ਵੱਡਾ ਕਾਰਨ ਕੀ ਰਿਹਾ ਵੱਡਾ ਕਾਰਨ ਇਹੋ ਹੀ ਆ ਵੀ ਜਿਹੜਾ ਉਹ ਕਹਿੰਦਾ ਵੀ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦਾ ਮੇਰੀਆਂ ਵੀਡੀਓ ਅਜੇ ਪਤਾ ਨਹੀਂ ਕਿੰਨੀਆਂ ਕੁ ਵਾਇਰਲ ਹੋਣੀਆਂ ਅਸੀਂ ਉਹ ਡਿਲੀਟ ਕਰਾਉਣੀਆਂ ਜਿਹੜੀਆਂ ਪ੍ਰਧਾਨ ਜੀ ਜਿੰਦਾ ਸਾਹਿਬ ਜੀ ਜਿਹੜੀਆਂ ਅਜੇ ਪਈਆਂ ਵਾ ਜਿਨ੍ਹਾਂ ਬਾਬਤ ਉਹ ਕਹਿ ਰਿਹਾ ਵੀ ਮੈਨੂੰ ਪਤਾ ਹੀ ਨਹੀਂ ਵੀ ਕਿੰਨੀਆਂ ਕੁ ਵਾਇਰਲ ਹੋਣੀਆਂ ਤੇ ਜੇ ਉਹ ਵਾਇਰਲ ਹੋਣਗੀਆਂ ਤੇ ਇੱਕ ਇੱਕ ਉਂਗਲ ਵੀ ਨਾਲ ਹੀ ਵਾਇਰਲ ਹੁੰਦੀ ਜਾਣੀ ਆ ਬਿਲਕੁਲ ਕਰਾਵਾਂਗੇ ਜਿਹੜੇ ਜਿਹੜੇ ਪੇਜ ਵਾਲੇ ਸਾਨੂੰ ਜਾਣਦੇ ਆ ਅਸੀਂ ਉਹਨਾਂ ਨੂੰ ਫੋਨ ਕਰ ਦੇਣਾ ਬਾਕੀ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਅਸੀਂ ਦੱਸ ਦਿੰਦੇ ਆ ਵੀ ਭਾਈ ਵੇਖ ਲਓ ਲੱਭ ਤੇ ਅਸੀਂ ਲੈਣਾ ਹੀ ਆ ਵੇਖੋ ਸਿੱਧੀ ਗੱਲ ਆ ਜਦੋਂ ਨਿਹੰਗ ਸਿੰਘ ਤੇ ਪੁਲਿਸ ਵਾਲੇ ਤੋਂ ਕਿਹਨੂੰ ਲੱਭਣ ਤੇ ਆਉਂਦੇ ਨਾ ਭਾਵੇਂ ਬੰਦਾ ਪਤਾਲ 'ਚ ਲੁਕ ਜੇ ਇਹ ਲੱਭ ਹੀ ਲੈਂਦੇ ਆ ਠੀਕ ਆ ਦੇਖ ਇਹਨਾਂ ਪਿਆਰ ਹੈ ਨਾ ਭਾਵੇਂ ਉਹ ਦੱਗ ਤੁਰਿਆ ਫਿਰਿਆ ਸਾਡੇ ਘਰੀ ਮੁੱਛਾਂ ਮਰੋੜੇ ਅਸੀਂ ਤਾਂ ਵੀ ਕੁੱਖ ਨਹੀਂ ਕਹਿੰਦੇ ਪਰ ਜਦੋਂ ਸਾਡੇ ਸਿਰ ਚੜਨ ਲੱਗਦਾ ਭਾਈ ਸਾਨੂੰ ਲਾਉਣਾ ਵੀ ਆਉਂਦਾ ਅੱਛਾ ਦੁਕਾਨ ਦੇ ਅੰਦਰ ਗਏ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕੀ ਰਿਐਕਸ਼ਨ ਰਿਹਾ ਉਹ ਰਿਐਕਸ਼ਨ ਉਹਨਾਂ ਦਾ ਇਹੀ ਵੀ ਵੇਖੋ ਉਹ ਆਪਣੇ ਆਪ ਨੂੰ ਸੱਚੇ ਸਾਬਤ ਕਰ ਰਹੇ ਉਹ ਕਹਿੰਦੇ ਤੁਸੀਂ ਆਪਣੇ ਵੇਖੋ ਦੇਖੋ ਜੇ ਤੁਸੀਂ ਸਿੱਖਾਂ ਦੇ ਘਰਾਂ ਜੰਮੇ ਆ ਸਿਰਾਂ ਤੇ ਪੱਗਾਂ ਬੰਨੀਆਂ ਤੇ ਫਿਰ ਤੁਸੀਂ ਸਿਖਾਰਿਆਂ ਦਾ ਹਿੱਸਾ ਹੀ ਆ ਤੁਸੀਂ ਕਿਹੜਾ ਨਹੀਂ ਹਿੱਸਾ ਫਿਰ ਤੁਸੀਂ ਸਾਨੂੰ ਕਿਉਂ ਬਦਨਾਮ ਕਰਦੇ ਆ ਸਾਡਾ ਕੀ ਕਸੂਰ ਆ ਅਸੀਂ ਵੀ ਲੋਕਾਂ ਦੇ ਸਮਾਜ ਦੇ ਸਿੱਖ ਉੱਚੇ ਰੁੱਚਾ ਕਰਕੇ ਤੁਰਨਾ ਅਸੀਂ ਲੋਕਾਂ ਨੂੰ ਕੀ ਦੱਸੀਏ ਵੀ ਆ ਸਾਡੇ ਭੈਣ ਭਰਾ ਜਿਹੜੇ ਨੰਗੇ ਹੋ ਕੇ ਨੱਚਣ ਰਹੇ ਆ ਸਾਨੂੰ ਸ਼ਰਮ ਆਉਂਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਦੀ ਭੈਣ ਵੀ ਇੰਨਾ ਮਤਲਬ ਬਸ ਸਲੂਕੀ ਕਰਦੀ ਪਈ ਉਹ ਕਹਿੰਦੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਨਿਹੰਗ ਸਿੰਘਾਂ ਦੀ ਬੋਲੀ ਖਰੜੀ ਹੁੰਦੀ ਆ ਅਸੀਂ ਮਾਝੇ ਵਾਲੇ ਆ ਤੇ ਮਾਝੇ ਵਾਲੇ ਦੀ ਬੋਲੀ ਵੈਸੇ ਜਿਹੜੀ ਉਹ ਖੜਕ ਵੀ ਹੁੰਦੀ ਹੈ ਕਰਕੇ ਅਗਲੇ ਬੰਦੇ ਨੂੰ ਲੱਗਦਾ ਵੀ ਸ਼ਾਇਰ ਸਾਨੂੰ ਮੰਦਾ ਚੰਗਾ ਬੋਲਦੇ ਆ ਇਹ ਸਾਡੀ ਆਵਾਜ਼ ਹੀ ਇਦਾਂ ਦੀ ਹੈ ਜੇ ਆਵਾਜ਼ ਨਾ ਇਦਾਂ ਦੀ ਹੁੰਦੀ ਨਾ ਤੇ ਸਮੇਂ ਦੇ ਵੱਡੇ ਵੱਡੇ ਹਾਕਮ ਧੱਕੇ ਨਹੀਂ ਜਾਣੇ ਫਿਰ ਮੇਰਾ ਵੀ ਇਹ ਸਵਾਲ ਹੋਵੇ ਤੁਸੀਂ ਇਹਦੇ ਫੋਨ ਤੇ ਗੱਲਬਾਤ ਕੀਤੀ ਫੋਨ ਨਹੀਂ ਚੱਕਦਾ ਹੁਣ ਤੁਸੀਂ ਦੁਕਾਨ ਤੇ ਕਿਹਦੇ ਨਹੀਂ ਮੈਂ ਮੇਰੇ ਨਾਲ ਫੋਨ ਤੇ ਉਹਦੀ ਗੱਲ ਨਹੀਂ ਹੋਈ ਨਾ ਉਹਦਾ ਨੰਬਰ ਹੀ ਮੇਰੇ ਕੋ ਆਇਆ ਮੈਂ ਸਵੇਰ ਦੀ ਤਕਰੀਬਨ 8:30 ਵਜੇ ਦੀ ਇੱਕ ਵੀਡੀਓ ਜਾਰੀ ਕੀਤੀ ਸੀ ਬਾਅਦ ਵਿੱਚ ਜਿੰਦਾ ਸਾਹਿਬ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਜਲੰਧਰ ਆ ਰਿਹਾ ਮੈਨੂੰ ਤਾਂ ਐਡਰੈਸ ਦਿਓ ਮੈਨੂੰ ਨਹੀਂ ਪਤਾ ਮੈਂ ਉਹਦੇ ਤੇ ਇਹ ਬੋਲਿਆ ਵੀਡੀਓ ਅਜੇ ਵੀ ਪਈ ਉੱਤੇ ਇੰਸਟਾਗ੍ਰਾਮ ਦੇ ਉੱਤੇ ਆਫੀਸ਼ੀਅਲ ਮਾਨ ਸਿੰਘ ਕਾਲੀ ਉਹਦੇ ਤੇ ਮੈਂ ਇਹ ਗੱਲ ਕਹੀ ਵੀ ਭਾਈ ਜੇ ਕਿਸੇ ਭੈਣ ਭਰਾ ਕੋਈ ਇਹਨਾਂ ਦਾ ਨੰਬਰ ਹੈਗਾ ਉਹ ਨੰਬਰ ਮੈਨੂੰ ਦੇ ਦਿਓ ਮੈਨੂੰ ਜਾਣਾ ਨਾ ਪਵੇ ਠੀਕ ਹੈ ਕੋਈ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ ਤੇ ਮੈਂ ਕਿਹਾ ਵੀ ਜੇ ਫੋਨ ਤੇ ਗੱਲ ਹੋ ਜਾਂਦੀ ਆਪਾਂ ਫੋਨ ਤੇ ਗੱਲ ਨਿਬੇੜ ਦਿੰਦੇ ਹਾਂ ਵੀ ਭਾਈ ਗਾਂ ਤੋਂ ਇਹ ਕੰਮ ਨਾ ਕਰੀ ਪਰ ਉਹਦਾ ਨੰਬਰ ਮੈਨੂੰ ਕਿਤੋਂ ਨਹੀਂ ਮਿਲਿਆ ਤੇ ਫਿਰ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਆਇਆ ਇੱਥੇ ਪਹੁੰਚਿਆ ਬਾਣਾ ਪਾ ਕੇ ਅਸੀਂ ਘਰਾਂ 'ਚ ਨਹੀਂ ਬਹਿਣਾ ਇਹ ਬਾਣਾ ਜਦੋਂ ਧਾਰਨ ਕਰੀਦਾ ਨਾ ਅਸਲ ਵਿੱਚ ਉਦੋਂ ਹੀ ਘਰ ਤੋਂ ਤਿਆਗਿਆ ਜਾਂਦਾ ਬੰਦਾ ਇਹ ਪੰਥ ਦਾ ਆ ਜਾਂਦਾ ਵਾ ਜੇ ਪੰਥ 'ਚ ਰਹਿ ਕੇ ਆਪਾਂ ਆਪਣੀ ਨਸਲ ਨੂੰ ਸੁਧਾਰ ਨਹੀਂ ਸਕਦੇ ਤਾਂ ਫਿਰ ਆਪਾਂ ਕਦੇ ਨਿਹੰਗ ਸਿੰਘ ਆ ਨਿਹੰਗ ਸਿੰਘ ਨਿਸ਼ਕਾਮ ਸੇਵਾਦਾਰ ਹੁੰਦੇ ਆ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਦਾ ਤਤਪਰ ਰਹਿੰਦੇ ਆ ਸੁਨੇਹਾ ਵੇਖੋ ਜਿੰਦਾ ਸਾਹਿਬ ਨੇ ਵੀ ਉੱਥੇ ਦੱਸ ਦਿੱਤਾ ਅਸੀਂ ਵੀ ਦੱਸ ਦਿੰਦੇ ਹਾਂ ਜੇ ਪੁਲਿਸ ਪ੍ਰਸ਼ਾਸਨ ਕਰੂਗੀ ਕੋਈ ਠੀਕ ਆ ਨਾ ਕਰੂਗੀ ਤਾਂ ਫਿਰ ਮਾਨ ਸਿੰਘ ਕਾਲੀ ਤੇ ਪ੍ਰਗਟ ਹੋ ਹੀ ਜਾਂਦਾ ਕਿਉਂਕਿ ਮੇਰਾ ਤਾਂ ਰਿਕਾਰਡ ਬੋਲਦਾ ਮੈਂ ਜਿਹਦੇ ਨਾਲ ਵਚਨ ਕੀਤਾ ਫਿਰ ਮੈਂ ਉੱਥੇ ਪਹੁੰਚਿਆ ਹੀ ਹਾਂ ਠੀਕ ਆ ਵੀ ਜਿਹੜਾ ਪਿਆਰ ਨਾ ਆਉਂਦਾ ਉਹਨੂੰ ਸਤਿਕਾਰ ਦਿੰਦੇ ਆ ਤੇ ਜਿਹੜਾ ਹੰਕਾਰ ਨਾ ਆਉਂਦਾ ਸਾਡੇ
मैं ना एक रुपया किसी को लिया तो ना मैं लैना उन्होंने बदबख्त में यह गल दस दी भी मैनू मान सिंह काली कहिंदे आ पंथ बुढ़ा दल जिहड़ा पंथ पातशाह जिन्हां नूं आखिया जांदा असीं उन्हां दे वारस हाँ ठीक है। तो निहंग सिंह राजे होंदे, निहंग सिंह मंगते नहीं होंदे, जिहड़े मंगदे उह नंग सिंह होंदे, निहंग सिंह नहीं होंदे ठीक है। असीं असीं पैसे नहीं मंगदे, असीं इह गल कहिंदे असीं धक्का नहीं कर देना। पंजाब दे विच जिहड़ा नशे तों वध अज इह लोक जिहड़ा आह कम सोशल मीडिया दे उत्ते गंद पा रहे आ उन्होंने नशे ना बर्बाद नहीं हो रही जवानी। तुहानू पता आने वाले समय के साडे जिहड़े बच्चे आ इन्हां नस्लां पैदा करन जोगे रहना ही नहीं। समय तो पहलां जिहड़े बूटे नूं ज्यादा खाद पै जूगी उन्हें तो सड़ जाणा, खाद भी समय ना पवे ना तो फिर ही वह फुल बूटा वाधा फुलदा वा, तो जो उन्होंने ज्यादा खाद पैन लग पे वह सड़ भी जाता। अज अपने बच्चों आप खत्म करते पे हैं, भावें हिंदू भरा हो भावें मुसलमान हो भावें ईसाई हो, सारे का फर्ज बनता भी इस चीज़ की रोकथाम वास्ते तत्पर आए।